ਕੈਨੇਡਾ ਦੇ ਇਸ ਪੋਸ਼ ਇਲਾਕੇ ਦੀ ਇਸ ਕਲੋਨੀ ਵਿੱਚ ਉਸ ਵੇਲੇ ਹਫੜਾ ਦਫੜੀ ਮੱਚ ਗਈ। ਲੋਕਾਂ ਵਿੱਚ ਇੱਕ ਸਹਿਮ ਦਾ ਮਾਹੌਲ ਬਣ ਗਿਆ ਜਦੋਂ ਇੱਕੋ ਘਰ ਵਿੱਚ ਪਰਿਵਾਰ ਦੇ 4 ਮੈਂਬਰਾਂ ਦੀਆਂ ਮ੍ਰਿਤਕ ਦੇਹਾਂ ਮਿਲੀਆਂ। ਦੱਸਣਾ ਬਣਦਾ ਹੈ ਕਿ ਘਰ ਦੇ ਮਾਲਕ ਦਵਿੰਦਰ ਨੇ ਪਹਿਲਾਂ ਆਪਣੇ 2 ਬੱਚਿਆਂ ਤੇ ਆਪਣੀ ਪਤਨੀ ਨੂੰ ਗੋਲੀ ਮਾਰੀ ਅਤੇ ਫਿਰ ਖੁਦਕੁਸ਼ੀ ਕਰ ਲਈ। ਘਰ ਵਿੱਚੋਂ 4 ਮ੍ਰਿਤਕ ਦੇਹਾਂ ਨਿਕਲਣ ਤੋਂ ਬਾਅਦ ਪੂਰੇ ਇਲਾਕੇ ਵਿੱਚ ਸਹਿਮ ਦਾ ਮਾਹੌਲ ਹੈ ਕਿ ਆਖਿਰ ਇਸ ਪਰਿਵਾਰ 'ਤੇ ਕੀ ਇਹੋ ਜਿਹੀ ਬਿਪਤਾ ਆ ਗਈ ਸੀ ਕਿ ਪਰਿਵਾਰ ਦੇ ਮੁਖੀ ਨੂੰ ਵੀ ਆਪਣਾ ਪੂਰਾ ਟੱਬਰ ਖਤਮ ਕਰਨ ਲਈ ਮਜਬੂਰ ਹੋਣਾ ਪਿਆ। ਮਿਸਟਰ ਦਵਿੰਦਰ ਗਰਗ ਨੇ ਇਹਨਾਂ ਨੇ ਅੱਜ ਆਪਣੀ ਮੀਟਿੰਗ ਵਿੱਚ ਇਹਨਾਂ ਦੀ ਇੱਕ ਵਾਈਫ ਹੈ 2 ਬੱਚੇ ਹੈ ਸੁਸਾਈਡ ਨੋਟ ਮਿਲਿਆ। ਸੁਸਾਈਡ ਨੋਟ ਦੇ ਵਿੱਚ 8-9 ਬੰਦਿਆਂ ਦਾ ਨਾਂ ਹੈਗਾ ਅਤੇ ਬੇਸਿਕਲੀ ਜੋ ਸੁਸਾਈਡ ਨੋਟ ਦੇ ਵਿੱਚ ਲਿਖਿਆ ਹੈਗਾ ਵੀ ਇਹਨਾਂ ਦਾ ਕੋਈ ਬਿਜ਼ਨਸ ਦਾ ਜੋ ਵੀ ਬਿਟਕੋਇਨ ਦਾ ਕੰਮ ਕਰਦੇ ਸੀਗੇ ਉਹਦੇ 'ਚ ਇਹਨਾਂ ਦਾ ਕੋਈ ਸਰ ਕਿਸੇ ਸਿਆਸੀ ਲੀਡਰ ਦਾ ਵੀ ਨਾਂ ਆ ਰਿਹਾ ਦੇਖੋ ਜੀ ਉਹ ਵਿੱਚ ਹੁਣ ਬੰਦਿਆਂ ਦੇ ਨਾਂ 9 ਬੰਦਿਆਂ ਦੇ ਨਾਂ ਹੈਗੇ ਆ ਇੱਕ ਲੇਡੀ ਵੀ ਕਹਿ ਰਹੇ ਨਾਂ ਹੈਗਾ ਤੋ ਵੀ ਇਨਵੈਸਟੀਗੇਟਰ ਜਿਹੜੇ ਵੀ ਹੈਗੇ ਇਕੱਲਾ ਨਾਂ ਲਿਖਿਆ ਅੱਗੇ ਉਹਨਾਂ ਦੇ ਮੋਬਾਈਲ ਨੰਬਰਸ ਲਿਖੇ ਆ ਠੀਕ ਹੈ ਸਰ ਦੇਖ ਲਾਂਗੇ ਕਿਹੜੇ ਕਿਹੜੇ ਦੇਖੋ ਸਰ ਵੀ ਆਰ ਰਜਿਸਟਰਿੰਗ ਕੇਸ ਠੀਕ ਅਸੀਂ ਕੇਸ ਰਜਿਸਟਰ ਕਰ ਰਹੇ ਹਾਂ ਪੂਰਾ ਇਨਵੈਸਟੀਗੇਟ ਕਰਕੇ ਲੌਜੀਕਲ ਕੰਕਲੂਜਨ ਸਰ ਸਰੀਅਸ ਕਿੰਨੇ ਬੰਦੇ ਖਿਲਾਫ ਮਾਮਲਾ ਦਰਜ ਕਰ ਰਹੇ ਫਿਲਹਾਲ ਇੱਕ ਵਾਰ ਸਰ 9 ਬੰਦਿਆਂ ਦਾ ਸੁਸਾਈਡ ਨੋਟ ਦੇ ਵਿੱਚ ਲਿਖਿਆ ਸੀਗਾ ਜੀ ਇਹ ਅੱਜ ਤੱਕ ਜੋ ਦੱਸਿਆ ਗਿਆ ਲਾਇਸੈਂਸ ਹੀ ਹੈਗਾ ਬੱਤੀ ਬੋਰਡਰ ਬੱਚੇ ਬਾਰੇ ਕਿ ਲੇਡੀਜ਼ ਨੂੰ ਕੁਛ ਪਤਾ ਲੱਗਿਆ ਉਹਦੇ ਬਾਰੇ ਕੁਛ ਇਹ ਅਜੇ ਤੱਕ ਇਨਵੈਸਟੀਗੇਸ਼ਨ ਦਾ ਮੈਟਰ ਹੈ ਇੱਕ ਇਮੀਡੀਏਟਲੀ ਕਿਸੇ ਕੰਕਲੂਜਨ ਤੇ ਨਹੀਂ ਪਹੁੰਚੇ ਸਰ ਨਵਾਂ ਦੇ ਬਾਊ ਨੇ ਨਹੀਂ ਜਿਹੜਾ ਨਵਾਂ ਦਰਜ ਕਰ ਦਿੱਤਾ ਹਾਂਜੀ ਬਾਊ ਨੇ ਮੋਰ ਨਾਮ ਲਿਖਿਆ ਵਿੱਚ ਸਰ ਇਹਦੇ ਕੋਈ ਨਾਮ ਦੱਸੋਗੇ ਉਹ ਮੈਟਰ ਆਫ ਇਨਵੈਸਟੀਗੇਸ਼ਨ ਹੈ ਉਹ ਠੀਕ ਹੈ ਸਰ ਤਾਂ ਲਿਖਿਆ ਵੀ ਕਲੀਅਰ ਹੋਇਆ ਸਰ ਕਰਜ਼ਾ ਵਗੈਰਾ ਵੀ ਕਲੀਅਰ ਹੋਇਆ ਉਹਨਾਂ ਦੇ ਵਿੱਚ ਲਿਖਿਆ ਕੋਈ ਬਿਟਕੋਇਨ ਦਾ ਕੰਮ ਕਰਦੇ ਸੀ ਉਹਦੇ 'ਚ ਉਹਨਾਂ ਦਾ ਕੋਈ ਬਾਜ਼ਾਰ ਤਾਂ ਮਾੜਾ ਮੋਟਾ ਤਕਰੀਬਨ ਗੈਪ ਜੀ ਸੀਗੀ ਉਦੋਂ ਬਾਅਦ ਨਹੀਂ ਕੋਈ ਕੰਮ ਪ੍ਰੋਪਰਟੀ ਦਾ ਕਰਦੇ ਸੀ ਜਾਂ ਕਿਹਦਾ ਕੰਮ ਕਰਦੇ ਸੀ ਕੋਈ ਕੰਮ ਨਹੀਂ ਕਰਦੇ ਸੀ ਇਹਨਾਂ ਦਾ ਆਫਿਸ ਬੱਸ ਸਟੈਂਡ ਕੋਲ ਹੀ ਬਣਿਆ ਹੋਇਆ ਸੀ ਪਹਿਲਾਂ ਹੈ ਜੀ ਆਫਿਸ ਵੱਲੋਂ ਬੱਸ ਸਟੈਂਡ ਉੱਥੇ ਉੱਥੇ ਲੀਵਰ ਦਾ ਕੰਮ ਬੈਕ ਸਾਈਡ ਕਈ ਸਾਲ ਬੈਕ ਸਾਈਡ ਉਹ ਜਨਰਲ ਮੈਂਟਲ ਸਟੋਰ ਆ ਉਹਦੇ ਪਾਸ ਉੱਥੇ 75 ਤੋਂ ਸੀ ਨਹੀਂ ਹੁਣ ਵੀ ਉੱਥੇ ਸੀਗੇ ਹਾਂ ਮੈਂ ਤਾਂ ਇਹ ਇੱਥੇ ਸੀਗੇ ਤੁਸੀਂ ਕੀ ਕੰਮ ਕਰਦੇ ਹੋ ਮੈਂ ਤਾਂ ਜੀ ਕੈਰੋਸਿਨ ਦਾ ਕੰਮ ਕੀਤਾ 1981 ਤੋਂ ਲੈ ਕੇ 2009 ਤੱਕ 2009 'ਚ ਦੇਸ਼ ਪ੍ਰਤਾਪ ਸਿੰਘ ਕਹੇ ਹੋ ਕੇ ਸਰਸਾਰੀ ਸਪਲਾਈ ਕਰ ਹਾਂਜੀ ਹਾਂਜੀ ਆ ਗਿਆ